ਘਰ ਦੇ ਬਾਹਰੋਂ ਚੋਰੀ ਹੋਏ ਬਾਈਕ ਨੂੰ ਕੁਝ ਹੀ ਸਮੇਂ ਦੇ ਵਿੱਚ ਬਰਾਮਦ ਕਰ ਲਿਆ ਗਿਆ। ਕਿਹਾ ਜਾ ਰਿਹਾ ਕਿ ਜੋ ਬਾਈਕ ਸੀ ਉਸਦੇ ਮਾਲਕ ਦੇ ਵੱਲੋਂ ਖੁਦ ਹੀ ਆਪਣੇ ਪੱਧਰ ਦੇ ਉੱਤੇ ਇਸਦੀ ਤਫਤੀਸ਼ ਕੀਤੀ ਗਈ। ਹਾਲਾਂਕਿ ਜਿਨ੍ਹਾਂ ਦੇ ਵੱਲੋਂ ਇਹ ਬਾਈਕ ਚੱਕਿਆ ਗਿਆ ਸੀ ਉਹਨਾਂ ਦੋ ਨੌਜਵਾਨਾਂ ਨੂੰ ਵੀ ਕਾਬੂ ਕੀਤਾ ਅਤੇ ਦੂਜੇ ਪਾਸੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿੱਚ ਉਸਨੂੰ ਆਪਣਾ ਬਾਈਕ ਮਿਲਿਆ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਘਰ ਦੇ ਬਾਹਰ ਖੜ੍ਹਾ ਬਾਈਕ ਚੋਰੀ ਹੋ ਜਾਂਦਾ। ਹਾਲਾਂਕਿ ਚੋਰੀ ਹੋਣ ਦੀ ਘਟਨਾ ਦੀ CCTV ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਆਉਂਦੇ ਨੇ ਅਤੇ ਬਾਈਕ ਨੂੰ ਆਪਣੇ ਨਾਲ ਲੈ ਕੇ ਚਲੇ ਜਾਂਦੇ ਨੇ। ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਮਾਲਕ ਦੇ ਵੱਲੋਂ ਖੁਦ ਹੀ ਇਸ ਦੀ ਤਫਤੀਸ਼ ਕੀਤੀ ਜਾਂਦੀ ਹੈ ਅਤੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿੱਚੋਂ ਜਿੱਥੇ ਬਾਈਕ ਬਰਾਮਦ ਹੁੰਦਾ ਉੱਥੇ ਹੀ ਦੋਵਾਂ ਚੋਰਾਂ ਨੂੰ ਵੀ ਕਾਬੂ ਕਰ ਲਿਆ ਜਾਂਦਾ ਹੈ। ਹਾਲਾਂਕਿ ਕਿਹਾ ਜਾ ਰਿਹਾ ਕਿ ਦੋਵੇਂ ਚੋਰ ਨਸ਼ੇ ਦੀ ਪੂਰਤੀ ਦੇ ਲਈ ਉਹਨਾਂ ਦੇ ਵੱਲੋਂ ਇਹ ਬਾਈਕ ਚੁੱਕਿਆ ਗਿਆ ਸੀ, ਨਸ਼ੇ ਦੇ ਆਦੀ ਦੱਸੇ ਜਾ ਰਹੇ ਨੇ। ਹਾਲਾਂਕਿ ਮੌਕੇ ਦੇ ਉੱਤੇ ਲੋਕਾਂ ਨੇ ਉਹਨਾਂ ਦੀ ਛਿੱਤਰ ਪਰੇਡ ਵੀ ਕੀਤੀ ਹੈ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ। ਭਾਈ ਇੱਦਾਂ ਹੈ, ਸਾਡਾ ਨਾ ਕੱਲ੍ਹ ਰਾਤੀ 1:15 ਦੇ ਕਰੀਬ, ਹਾਂਜੀ, ਮਾਤਾ ਰਾਣੀ ਚੌਂਕ ਤੋਂ ਨਾ ਮੋਟਰਸਾਈਕਲ ਚੋਰੀ ਹੋਇਆ। ਅੱਛਾ ਜੀ। ਉਹ ਅਸੀਂ ਅੱਜ ਬੰਦੇ ਫੜੇ ਨੇ ਇੱਥੇ ਰੇਲਵੇ 'ਤੇ। ਅੱਛਾ ਜੀ। ਰੇਲਵੇ ਸਟੇਸ਼ਨ 'ਤੇ, ਠੀਕ ਹੈ ਜੀ। ਬਸ ਹੁਣ ਪੁਲਿਸ ਵਾਲੇ ਉਹਨਾਂ ਨੂੰ ਲੈ ਗਏ ਨੇ। ਅੱਛਾ ਜੀ। ਬਾਕੀ ਕਾਰਵਾਈ ਦੇਖਣਗੇ, ਉਹੀ ਕਰਨਗੇ। ਨਹੀਂ, ਕੀ ਲੱਗਦਾ ਤੁਹਾਨੂੰ ਜਿਹੜੀ ਤੁਸੀਂ ਆਪ ਪੁਲਿਸ ਦਾ ਕੰਮ ਤੁਸੀਂ ਆਪ ਕਰ ਰਹੇ ਹੋ? ਦੇਖੋ ਜੀ, ਉਹ ਤਾਂ ਪੁਲਿਸ ਵਾਲੇ ਤਾਂ ਥੋੜ੍ਹੇ ਬਿਜ਼ੀ ਚੱਲਦੇ ਪਏ ਨੇ ਜ਼ਿਆਦਾ 26 ਜਨਵਰੀ ਕਰਕੇ। ਅੱਛਾ ਜੀ। ਅਤੇ ਜੇ ਤੁਸੀਂ ਦੇਰੀ ਕਰ ਦਿੰਦੇ ਕਿਤੇ ਲੱਗਦਾ ਤੁਹਾਡਾ ਸਮਾਨ ਕੱਢ ਕੇ ਵੇਚਿਆ ਜਾਂਦਾ ਮੋਟਰਸਾਈਕਲ ਦਾ ਕਿਤੇ? ਹਾਂਜੀ ਹਾਂਜੀ, ਬਿਲਕੁਲ ਜੀ, ਰਿਸਕ ਤਾਂ ਸੀਗਾ ਹੀ। ਅੱਛਾ ਜੀ। ਅਤੇ ਹੁਣ ਚੀਜ਼ ਸਾਡੀ ਗੁਆਚੀ, ਇਹਦੇ ਦੁੱਖ ਤਾਂ ਸਾਡੇ ਹੀ ਆ। ਕਿੰਨਾ ਬੀਤੀ ਗਿਆ ਉਹਦੇ ਹੀ ਦੁੱਖ ਹੁੰਦਾ। ਕਿੰਨਾ ਸਮਾਂ ਲੱਗਿਆ ਤੁਹਾਨੂੰ ਮੋਟਰਸਾਈਕਲ ਲੱਭਣ ਨੂੰ? ਤੁਸੀਂ ਲਾ ਲਓ ਜੀ, ਰਾਤੀ ਗੈਪ ਹੋਇਆ ਆ। ਹਾਂਜੀ। ਅਤੇ ਸਾਨੂੰ ਸਵੇਰੇ ਪਤਾ ਲੱਗਾ 6-7 ਵਜੇ ਕੋ। ਅੱਛਾ ਜੀ। ਅਤੇ ਆਪਾਂ ਨੂੰ ਸ਼ਾਮੀ 5 ਵਜੇ ਕੋਲ ਲੱਭਿਆ। 18 ਘੰਟੇ ਕੀ ਬੰਦੇ ਤੁਹਾਡੀ ਗੱਲਬਾਤ, ਬੰਦੇ ਫੜੇ, ਕੀ ਗੱਲਬਾਤ ਹੋਈ ਤੁਹਾਡੇ ਉਹਨਾਂ ਨਾਲ? ਗੱਲਬਾਤ ਉਹਨਾਂ ਨਾਲ ਕੁਛ ਨਹੀਂ ਹੋਈ, ਨਸ਼ੇ ਸੀਗੇ ਪੂਰੇ ਉਹ। ਅੱਛਾ ਜੀ। ਉਹਨਾਂ ਨੂੰ ਇੱਥੇ ਮੇਰੇ ਜਿਹੜਾ ਬਾਈਕ ਲੈ ਕੇ ਆਏ ਸੀ ਉਹ ਤਾਂ ਮਿਲਿਆ ਨਹੀਂ, ਉਹ ਬਾਕੀ ਬਾਈਕਾਂ ਨੂੰ ਵੀ ਚਾਬੀਆਂ ਲਾਉਣ ਲੱਗੇ। ਅੱਛਾ ਜੀ। ਕਿ ਉਹ ਤਾਂ ਹੱਥ ਆਇਆ ਨਹੀਂ ਕਿ ਦੂਸਰਾ ਹੱਥ ਲਾ ਲਈ ਆਪਾਂ। ਨਸ਼ੇ ਦਾਦੀ ਸੀਗੇ? ਹਾਂਜੀ। ਤੁਸੀਂ ਪੁੱਛਿਆ ਘਰ ਬਾਰ? ਬਾਈਕ 'ਚੋਂ ਟੀਕੇ ਵਗੈਰਾ ਸਭ ਕੁਝ ਸਮਾਨ ਮਿਲਿਆ। ਅੱਛਾ। ਤੁਸੀਂ ਪੁੱਛਿਆ ਵੀ ਘਰ ਬਾਰ ਕਿੱਥੇ ਰਹਿੰਦੇ, ਕੀ ਉਹਨਾਂ ਦਾ ਘਰ? ਘਰ ਕਹਿ ਰਹੇ ਸੀਗੇ ਵੀ ਸ਼ੇਰਪੁਰ ਰਹਿੰਦਾ ਹੈ, ਵੀ ਘਰੋਂ ਕੱਢੇ ਹੋਏ ਆ, ਕਹਿੰਦੇ ਵੀ ਇੱਥੇ ਹੀ ਸੋਨੇ ਆ ਪੁੱਲ ਥੱਲੇ ਕਿਤੇ। ਅੱਛਾ ਜੀ। ਹਾਂਜੀ। ਕੀ ਅਪੀਲ ਕਰਨਾ ਚਾਹੁੰਦਾ ਜਿਹੜੇ ਲੋਕਾਂ ਨੇ ਵਹੀਕਲ ਚੋਰੀ ਹੋ ਜਾਂਦੇ ਨੇ, ਉਹ ਕੀ ਕਹਿਣਾ ਚਾਹੁੰਦੇ ਵੀ ਸੇਫਟੀ ਰੱਖਣ ਆਪਣੀ? ਅਪੀਲ ਤਾਂ ਹੁਣ ਕੀ ਕਹੀਏ, ਬਸ ਨਸ਼ੇ ਕਰਕੇ ਹੀ ਲੋਕ ਵਿਗੜ ਰਹੇ ਨੇ। ਬਸ ਜੇ ਨਸ਼ੇ ਬੰਦ ਹੋਣ ਤਾਂ ਬਸ ਕੋਈ ਹੱਲ ਹੋ ਸਕਦਾ, ਜੇ ਨਸ਼ੇ ਨਹੀਂ ਬੰਦ ਹੋਣਗੇ ਤਾਂ ਚੱਲੀ ਜਾਣਾ ਜੀ। ਬਲੇਡਿੰਗ ਉਹਨਾਂ ਦੇ ਪਹਿਲੀ ਹੋਈ ਹੋਈ ਸੀਗੀ, ਠੀਕ ਹੈ ਜੀ, ਨਸ਼ੇ ਨੂੰ ਪਿੱਛੋਂ ਹੀ ਲੁੱਟ ਖੋ ਕਰਕੇ ਆਏ ਹੋਏ ਸੀਗੇ। ਅੱਛਾ ਜੀ। ਮੋਟਰਸਾਈਕਲ ਉਹਨਾਂ ਨੇ ਇੱਥੇ ਲਿਆ ਕੇ ਪਾਰਕਿੰਗ ਦੇ ਵਿੱਚ ਲਾ ਤਾ। ਅੱਛਾ ਜੀ। ਅਤੇ ਅਸੀਂ ਸਵੇਰੇ ਮੋਟਰਸਾਈਕਲ ਚੱਕ ਲਿਆ ਦੁਪਹਿਰ ਦੇ ਕੋਲ ਆ ਕੇ, ਠੀਕ ਹੈ, ਅਤੇ ਹੁਣ ਦੁਬਾਰਾ ਚਾਬੀ ਲਾ ਕੇ ਮੋਟਰਸਾਈਕਲ ਫਿਰ ਇਹਨਾਂ ਨੇ ਗੈਪ ਕਰਨਾ ਸੀ, ਕੋਈ ਵਾਰਦਾਤ ਕਰਕੇ ਫਿਰ ਇੱਥੇ ਖੜਾ ਦੇਣਾ ਸੀਗਾ। ਅੱਛਾ ਜੀ। ਮਾਸਟਰਮਾਈਂਡ ਚਾਬੀ ਸੀਗੀ ਉਹਨਾਂ ਕੋਲ? ਨਹੀਂ, ਚਾਬੀ ਸੀਗੀ ਉਹਨਾਂ ਕੋਲ ਇੱਕ ਬਣੀ। ਪਾਰਕਿੰਗ ਵਾਲਾ ਪੁੱਛਿਆ ਤੁਸੀਂ ਮੋਟਰਸਾਈਕਲ ਕਿੱਦਾਂ ਲਗਾਇਆ, ਕੌਣ ਬੰਦੇ ਸੀ ਇਹ ਵੀ ਆਣਗੇ? ਪਾਰਕਿੰਗ ਨਾਈਟ ਵਾਲਾ ਅਲੱਗ ਸੀਗਾ, ਆਪਾਂ ਦਿਨੇ ਆਏ ਹਾਂ ਨਾ। ਅੱਛਾ ਜੀ। ਨਾਈਟ ਵਾਲਾ ਬੰਦਾ ਹਲੇ ਆਇਆ ਨਹੀਂ।